ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਦੀਕਸ਼ਾ ਹੈ। ਮੈਂ ਡਰੀਮਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹਾਂ। ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੈਂ ਰਕੇਸ਼ ਸ਼ਰਮਾ, ਪ੍ਰਿੰਸੀਪਲ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ। ਵਰੁਣ ਬਾਂਸਲ ਜੀ ਨੂੰ ਧੰਨਵਾਦ ਵੀ ਕਰਦਾ ਅਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਜੋ ਆਪਣੇ ਪਲੇਟਫਾਰਮ ਕਿਸਮੇ ਕਿਤਨਾ ਹੈ ਦਮ ਦੇ ਰਾਹੀਂ ਬੱਚਿਆਂ ਦੇ ਟੈਲੈਂਟ ਨੂੰ ਉਜਾਗਰ ਕਰ ਰਹੇ ਨੇ ਅਤੇ ਉਹਨਾਂ ਦੇ ਟੈਲੈਂਟ ਨੂੰ ਪਬਲਿਕ ਦੇ ਵਿੱਚ ਲੈ ਕੇ ਆ ਰਹੇ ਨੇ, ਜਿਸ ਨਾਲ ਬੱਚੇ ਬਹੁਤ ਜ਼ਿਆਦਾ ਸਿੱਖ ਰਹੇ ਨੇ ਅਤੇ ਗਰੋ ਕਰ ਰਹੇ ਨੇ। ਇਸ ਦੇ ਨਾਲ ਹੀ ਮੈਂ ਸਾਡੀ 8th ਕਲਾਸ ਦੀ ਵਿਦਿਆਰਥਣ ਦੀਕਸ਼ਾ, ਜੋ ਹੁਣ ਤੱਕ 4 ਰਾਊਂਡ ਪੂਰੇ ਕਰਕੇ ਫਾਈਨਲ ਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ, ਉਸ ਨੂੰ ਬੈਸਟ ਵਿਸ਼ੇਸ ਦਿੰਦਾ। ਹੁਣ ਮੈਂ ਦੀਕਸ਼ਾ ਨੂੰ ਫਾਈਨਲ ਦੇ ਵਿੱਚ ਪਾਰਟੀਸਪੇਟ ਕਰਨ ਅਤੇ ਜਿੱਤਣ ਦੇ ਲਈ ਬਹੁਤ ਬਹੁਤ ਵਧਾਈ ਦਿੰਦਾ ਅਤੇ ਪਰਮਾਤਮਾ ਅੱਗੇ ਵਿਸ਼ ਕਰਦਾ ਹਾਂ ਕਿ ਉਹ ਫਾਈਨਲ ਦੇ ਵਿੱਚ ਬਹੁਤ ਵਧੀਆ ਕਰੇ ਅਤੇ ਉੱਥੋਂ ਪ੍ਰਾਈਜ਼ ਜਿੱਤ ਕੇ ਆਵੇ, ਸਕੂਲ ਦਾ, ਪੇਰੈਂਟਸ ਦਾ ਅਤੇ ਬੱਚਿਆਂ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਪ੍ਰੀਤ ਸ਼ਰਮਾ, ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਤੋਂ। ਮੈਂ ਇਸ ਸਕੂਲ 'ਚ ਐਜ਼ ਅ ਕੋਆਰਡੀਨੇਟਰ ਕੰਮ ਕਰ ਰਹੀ ਹਾਂ। ਅੱਜ ਮੈਂ ਸਾਡੇ ਸਕੂਲ ਕਿਸਮੇ ਕਿਤਨਾ ਹੈ ਦਮ ਦੀ ਟੀਮ ਦਾ ਪਹੁੰਚਣ 'ਤੇ ਸਵਾਗਤ ਕਰਦੀ ਹਾਂ, ਜੋ ਕਿ ਸਾਡੇ ਕੋਲ ਸਾਡਾ ਇੱਕ ਬੱਚਾ ਦੀਕਸ਼ਾ 8th ਕਲਾਸ ਦੀ ਸਟੂਡੈਂਟ ਹੈ। ਉਹ ਇਹਨਾਂ ਕਿਸਮੇ ਕਿਤਨਾ ਹੈ ਦਮ ਦੇ ਸ਼ੋਅ ਵਿੱਚ 4 ਰਾਊਂਡ ਕੰਪਲੀਟ ਕਰਕੇ ਫਾਈਨਲ ਰਾਊਂਡ ਵਿੱਚ ਪਹੁੰਚ ਚੁੱਕੀ ਹੈ।
ਉਸ ਦੀ ਹੌਸਲਾ ਅਫਜਾਈ ਲਈ ਉਹ ਸਕੂਲ ਵਿਜ਼ਿਟ ਕਰਨ ਆਏ ਹਨ ਤਾਂ ਕਿ ਦੂਸਰੇ ਬੱਚਿਆਂ ਨੂੰ ਵੀ ਉਸਦੇ ਅਚੀਵਮੈਂਟ ਬਾਰੇ ਪਤਾ ਲੱਗ ਸਕੇ। ਅੱਜ ਮੈਂ ਇਸ ਹੋਣਹਾਰ ਸਟੂਡੈਂਟ ਦੇ ਬਾਰੇ ਦੱਸ ਰਹੀ ਹਾਂ ਕਿ ਇਹ ਸਾਡੇ ਨਾਲ ਤਿੰਨ ਸਾਲ ਦੀ ਉਮਰ ਤੋਂ ਹੀ ਸਾਡੇ ਨਾਲ ਜੁੜੇ ਸਨ। ਬਹੁਤ ਹੀ ਹੋਣਹਾਰ ਵਿਦਿਆਰਥਣ ਹੈ ਇਹ ਸਾਡੇ ਸਕੂਲ ਦੀ। ਹਰ ਇੱਕ ਐਕਟੀਵਿਟੀ ਦੇ ਵਿੱਚ, ਕੋਈ ਵੀ ਡਾਂਸ ਕੰਪੀਟੀਸ਼ਨ ਹੋਵੇ, ਸਪੋਰਟਸ ਕੰਪੀਟੀਸ਼ਨ ਹੋਣ, ਉਹ ਹਰ ਇੱਕ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਹੁਣ ਮੈਂ ਉਹ ਪਰਮਾਤਮਾ ਅੱਗੇ ਇਹੀ ਦੁਆ ਕਰਦੀ ਹਾਂ ਕਿ ਉਹ ਜਿਸ ਮੁਕਾਮ 'ਤੇ ਪਹੁੰਚੀ ਹੈ ਇੱਥੇ ਵੀ ਉਸਨੂੰ ਤਰੱਕੀਆਂ ਹੀ ਮਿਲਣ। ਮੇਰਾ ਨਾਮ ਪ੍ਰਦੀਪ ਕੁਮਾਰ ਹੈ। ਮੈਂ ਇਸ ਸਕੂਲ ਡ੍ਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਤੌਰ SST ਅਧਿਆਪਕ ਪਿਛਲੇ 11 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਜੇਕਰ ਮੈਂ ਇਸ ਸਕੂਲ ਦੇ ਇਨਵਾਇਰਮੈਂਟ ਦੀ ਗੱਲ ਕਰਾਂ ਤਾਂ ਬਹੁਤ ਹੀ ਵਧੀਆ ਇਨਵਾਇਰਮੈਂਟ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੇ ਸਕੂਲ ਦੀ ਵਿਦਿਆਰਥਣ ਹੋਣਹਾਰ ਵਿਦਿਆਰਥਣ ਦੀਕਸ਼ਾ, ਜੋ ਕਿ ਪੜ੍ਹਾਈ ਦੇ ਨਾਲ ਨਾਲ ਸਕੂਲ ਦੀਆਂ ਹੋਰ ਕਰੀਕੁਲਰ ਐਕਟੀਵਿਟੀਜ਼ ਦੇ ਵਿੱਚ ਵੀ ਬੜੀ ਵਧੀਆ ਪਰਫੋਰਮੈਂਸ ਪੇਸ਼ ਕਰਦੀ ਹੈ, ਜਿਸ ਦੇ ਬਦੌਲਤ ਇਹ ਵਿਦਿਆਰਥਣ ਜਿਹੜੀ ਹੈ ਕਿਸਮੇ ਕਿਤਨਾ ਹੈ ਦਮ ਦੇ ਵਿੱਚ ਇੱਕ ਵਧੀਆ ਪਰਫੋਰਮੈਂਸ ਦੇ ਕੇ ਅਗਲੇ ਲੈਵਲ ਤੱਕ ਪਹੁੰਚੀ, ਜੋ ਕਿ ਸਾਡੇ ਸਕੂਲ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਮੀਦ ਹੈ ਕਿ ਇਹ ਵਿਦਿਆਰਥਣ ਜਿਹੜੀ ਹੈ ਅੱਗੇ ਹੋਣ ਵਾਲੇ ਕੰਪੀਟੀਸ਼ਨ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਵੇਗੀ ਅਤੇ ਵਧੀਆ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਂ ਜਿਹੜਾ ਹੈ ਰੌਸ਼ਨ ਕਰੇਗੀ। ਮੈਨੂੰ ਡਾਂਸ ਤੋਂ ਸ਼ੁਰੂ ਤੋਂ ਇਹ ਸ਼ੌਂਕ ਸੀਗਾ। ਉਸ ਤੋਂ ਇਲਾਵਾ ਮੇਰੇ ਹੋਰ ਵੀ ਕਈ ਹੋਬੀਜ਼ ਨੇ, ਜਿਵੇਂ ਸਿੰਗਿੰਗ, ਫੁੱਟਬਾਲ, ਬੈਡਮਿੰਟਨ, ਰੇਸ। ਮੇਰਾ ਸੁਪਨਾ ਹੈ ਕਿ ਮੈਂ ਵੱਡੀ ਹੋ ਕੇ ਡਾਂਸ ਕੋਰੀਓਗ੍ਰਾਫੀ ਬਣਾ ਅਤੇ ਮੈਂ ਆਪਣੀ ਇੱਕ ਡਾਂਸ ਅਕੈਡਮੀ ਖੋਲ੍ਹਾਂ ਅਤੇ ਦੂਜੇ ਗਰੀਬ ਬੱਚਿਆਂ ਨੂੰ ਉਹਨਾਂ ਨੂੰ ਡਾਂਸ ਦੀ ਨੌਲੇਜ ਦੇਵਾਂ।
ਮੇਰੇ ਸਕੂਲ ਵਿੱਚ ਕਈ ਤਰ੍ਹਾਂ ਫੰਕਸ਼ਨ ਆਉਂਦੇ ਹਨ। ਮੈਂ ਕਈ ਫੰਕਸ਼ਨਸ 'ਤੇ ਪਾਰਟੀਸਪੇਟ ਕੀਤਾ, ਜਿਵੇਂ ਤੀਆਂ ਵਾਲੇ ਫੰਕਸ਼ਨ 'ਤੇ, ਅਤੇ ਹੋਰ ਵੀ ਮੇਰੇ ਸਕੂਲ ਵਿੱਚ ਕਈ ਐਨੂਅਲ ਫੰਕਸ਼ਨਸ ਹੁੰਦੇ ਹਨ। ਉਸ ਦੇ ਵਿੱਚ ਮੈਂ ਡਾਂਸ ਵਿੱਚ ਪਾਰਟੀਸਪੇਟ ਕਰਦੀ ਹਾਂ। ਡਾਂਸ ਦਾ ਸ਼ੌਂਕ ਮੈਨੂੰ ਉਦੋਂ ਪਿਆ ਜਦੋਂ ਮੇਰੀ ਮੰਮਾ ਵੀ ਪਹਿਲਾਂ ਡਾਂਸ ਕਰਦੇ ਹੁੰਦੇ ਸੀਗੇ, ਉਹਨਾਂ ਤੋਂ ਹੀ ਮੈਨੂੰ ਡਾਂਸ ਦਾ ਸ਼ੌਂਕ ਪਿਆ। ਜਦੋਂ ਮੈਂ ਘਰ ਫ੍ਰੀ ਹੁੰਦੀ ਹਾਂ, ਮੈਂ ਆਪਣੇ ਮੰਮਾ ਨਾਲ ਵੱਧ ਤੋਂ ਵੱਧ ਹੈਲਪ ਕਰਾਉਂਦੀ ਹਾਂ, ਜਾਂ ਮੈਂ ਹੋਰ ਡਾਂਸ ਸਟੈਪ ਸਿੱਖਦੀ ਹੁੰਦੀ ਹਾਂ ਫੋਨ ਤੋਂ, ਔਰ ਜਾਂ ਪਲੇ ਵਗੈਰਾ ਕਰਦੀ ਹੁੰਦੀ ਹਾਂ। ਮੈਂ ਧੰਨਵਾਦ ਕਰਦੀ ਹਾਂ ਮੇਰੇ ਪੇਰੈਂਟਸ ਦਾ ਅਤੇ ਮੇਰੀ ਫੈਮਿਲੀ ਦਾ, ਜੋ ਮੈਨੂੰ ਹੋਰ ਸਪੋਰਟ ਕਰਦੇ ਨੇ ਅਤੇ ਮੇਰੀ ਹਰ ਇੱਕ ਵਿਸ਼ ਪੂਰੀ ਕਰਦੇ। ਮੈਂ ਡਾਕਟਰ ਮਹਾਵੀਰ, ਮੌਜੂਦਾ MC ਕੋਟਕਪੂਰਾ 29 ਨੰਬਰ ਵਾਰਡ, ਅਤੇ ਦੀਕਸ਼ਾ ਸਾਡੀ ਬੜੀ ਪਿਆਰੀ ਬੇਟੀ ਹੈ, ਅਤੇ ਅੱਜ ਤੋਂ ਇਹ ਤੋਂ ਸਾਰੇ ਬੰਦੇ ਸਾਡੇ ਜਿੰਨੇ ਵੀ ਫੈਮਿਲੀ ਮੈਂਬਰ ਹੈ ਬੜੇ ਇੰਪਰੈਸ ਹੁੰਦੇ ਹੈ, ਕਿਉਂਕਿ ਬੜੇ ਹਰੇਕ ਨਾਲ ਪਿਆਰ ਭਾਵ ਨਾਲ ਪੇਸ਼ ਆਉਂਦੀ ਹੈ, ਅਤੇ ਵਧੀਆ ਆਪਦਾ ਡਾਂਸ ਕਲਾਸ ਕਰਦੀ ਹੈ, ਅਤੇ ਡਾਂਸ ਵਧੀਆ ਬਹੁਤ ਵਧੀਆ ਕਰਦੀ, ਦੇਖ ਕੇ ਬੜਾ ਅੱਛਾ ਲੱਗਦਾ ਸਾਨੂੰ, ਆਪਣੇ ਆਪ ਨੂੰ ਅਪਰੂਵਡ ਫੀਲ ਹੁੰਦਾ ਵੀ ਸਾਡੀ ਗੁੜੀਆ ਇੰਨੀ ਅੱਗੇ ਜਾ ਰਹੀ ਹੈ, ਅਤੇ ਸਾਨੂੰ ਬਹੁਤ ਮਾਣ ਹੈ ਸਾਡੀ ਬੇਟੀ 'ਤੇ। ਅਸੀਂ ਤਾਂ ਰੱਬ ਅੱਗੇ ਅਦਾ ਕਰਦੇ ਹਾਂ, ਦੁਆ ਕਰਦੇ ਹਾਂ ਜਾਂ ਅਰਦਾਸ ਕਰਦੇ ਹਾਂ ਵੀ ਸਾਡੀ ਗੁੜੀਆ ਅੱਗੇ ਤੋਂ ਅੱਗੇ ਵਧੇ, ਫਾਈਨਲ ਜਿੱਤ ਕੇ ਆਵੇ ਸਾਡੀ, ਅਤੇ ਅਸੀਂ ਬਹੁਤ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਇਹ ਫਾਈਨਲ ਜਿੱਤ ਕੇ ਆਵੇ ਅਤੇ ਸਾਡਾ ਨਾਂ ਰੋਸ਼ਨ ਕਰੇ ਅਤੇ ਸਾਡੇ ਜ਼ਿਲ੍ਹੇ ਦਾ ਨਾਂ ਰੋਸ਼ਨ ਹੋਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਨੀਤਾ ਰਾਣੀ ਜੀ, ਮੈਂ ਦੀਕਸ਼ਾ ਦੀ ਮੰਮਾ ਜੀ। ਛੋਟੀ ਹੁੰਦੇ ਤੋਂ ਮੈਨੂੰ ਸ਼ੌਂਕ ਹੈਗਾ ਜੀ ਡਾਂਸ ਦਾ, ਪੜ੍ਹਾਈ ਲਿਖਾਈ 'ਚ ਵਧੀਆ ਹੈਗੀ ਹੈ ਜੀ, ਵਧੀਆ ਨੰਬਰ ਲੈ ਕੇ ਆਉਂਦੀ ਹੈ। ਜਦੋਂ ਘਰ ਰਹਿੰਦੀ ਹੈਗੀ ਹੈ ਵੀ ਮੇਰੇ ਨਾਲ ਵੀ ਹੱਥ ਵਟਾਉਂਦੀ ਹੈ ਜੀ ਕੰਮ 'ਚ, ਖੇਡਦੀ ਹੈਗੀ ਹੈ ਜੀ। ਸ਼ੌਂਕ ਇਹਦਾ ਇੱਕ ਤਾਂ ਰੇਸ ਹੈਗਾ ਜੀ, ਖੇਲਣ ਦੇ ਵਿੱਚ ਜੁਡੋ ਹੋ ਗਿਆ, ਬੈਡਮਿੰਟਨ ਵਗੈਰਾ, ਜਿਵੇਂ ਹੁਣ KKHD ਸ਼ੋਅ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੋ ਉਹਦੇ ਵਿੱਚ ਹਿੱਸਾ ਲਿਆ, ਦਵਾਇਆ ਨੂੰ ਬੱਚੇ ਨੂੰ, ਸਾਨੂੰ ਖੁਸ਼ੀ ਹੋਈ ਵੀ ਇਹ ਫਾਈਨਲ ਤੱਕ ਆ ਗਈ ਜੀ। ਮੈਂ KKHD ਦਾ ਧੰਨਵਾਦ ਕਰਦੀ ਹਾਂ ਵੀ ਇਹਨੇ ਮੇਰੇ ਬੱਚੇ ਨੂੰ ਸਿਲੈਕਟ ਕੀਤਾ, ਇੱਥੇ ਤੱਕ ਪਹੁੰਚ ਗਈ ਵੀ ਅੱਗੇ ਵੀ ਫਾਈਨਲ 'ਚ ਵੀ ਪਹਿਲੇ ਨੰਬਰ 'ਤੇ ਆ ਗਈ ਜੀ। ਘਰ ਥੋੜ੍ਹਾ ਮੋਟਾ ਮੇਰੇ ਨਾਲ ਕੰਮ ਕਰਾ ਜਾਂਦੀ ਹੈ ਜੀ, ਅਤੇ ਡਾਂਸਿੰਗ ਵਗੈਰਾ ਕਰਦੀ ਹੈ ਜੀ, ਖੇਡਦੀ ਹੈ, ਹਾਂਜੀ, ਥੋੜ੍ਹਾ ਮੋਟਾ ਸਟੱਡੀ ਕਰਾਉਂਦੀ ਹੈ ਬ੍ਰਦਰ ਨੂੰ ਆਪਦੇ ਨੂੰ। ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੀ ਬੱਚੀ ਫਾਈਨਲ ਜਿੱਤ ਕੇ ਆਏ ਜੀ, ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ, ਦਾਦਾ ਦਾਦੀ ਦਾ ਨਾਲੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਮਲੇਸ਼ ਹੈ ਜੀ, ਮੈਂ ਦੀਕਸ਼ਾ ਦੀ ਦਾਦੀ ਹਾਂ ਜੀ। ਬਹੁਤ ਬਹੁਤ ਖੁਸ਼ੀ ਹੈ ਜੀ, ਬੱਚੀ ਅੱਗੇ ਜਾ ਰਹੀ ਹੈ ਔਰ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕਰੇ ਜੀ। ਬਹੁਤ ਮਿਹਨਤ ਕਰਦੀ ਹੈ ਜੀ ਇਹ ਜੀ, ਉੱਤੇ ਚੜ੍ਹ ਜਾਂਦੀ ਹੈ, ਕੰਪਿਊਟਰ ਚਲਾ ਕੇ ਡਾਂਸ ਕਰਦੀ ਰਹਿੰਦੀ ਹੈ ਜੀ, ਨੱਚਦੀ ਰਹਿੰਦੀ ਹੈ, ਅਸੀਂ ਬਾਜਾਂ ਮਾਰਦੇ ਰਹਿੰਦੇ ਹਾਂ ਜੀ, ਸੁਣਦੀ ਨਹੀਂ। ਬਹੁਤ ਮਿਹਨਤ ਕਰਦੀ ਹੈ ਜੀ, ਪੜ੍ਹਾਈ ਲਿਖਾਈ 'ਚ ਵੀ ਵਧੀਆ ਜੀ, ਵਧੀਆ ਨੰਬਰ ਲੈਂਦੀ ਹੈ ਜੀ, ਹੁਣ ਜਾਂ ਹਜੇ ਵੀ ਬਹੁਤ ਅੱਛਾ ਪ੍ਰਭਾਵ ਕਰਦੀ ਹੈ ਜੀ। ਰੋਜ਼ ਮੇਰੇ ਹੱਥ ਪੈਰ ਘੁੱਟ ਕੇ ਸੁਣਦੀ ਹੈ ਜੀ, ਬਹੁਤ ਸੰਭਾਲ ਕਰਦੇ ਹੈ ਜੀ ਮੇਰੀ, ਬਹੁਤ ਅੱਛੀ ਬੱਚੀ ਹੈ ਜੀ, ਚੰਗੀ। ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਜੀ, ਐਂ ਬੱਚੇ ਅੱਗੇ ਜਾਣ ਜੀ,
ਮਾਂ ਪਿਓ ਦਾ ਨਾਮ ਰੋਸ਼ਨ ਕਰ, ਦਾਦੀ ਦਾਦੇ ਦਾ ਨਾਮ ਰੋਸ਼ਨ ਕਰ। ਮੇਰਾ ਨਾਮ ਲਲਿਤ ਕੁਮਾਰ ਹੈ ਜੀ, ਮੈਂ ਬੈਂਕਿੰਗ ਲਾਈਨ ਦੇ ਵਿੱਚ ਕੰਮ ਕਰ ਰਿਹਾ, ਦੀਕਸ਼ਾ ਦਾ ਚਾਚਾ ਮੈਂ। ਹਾਂਜੀ, ਬੜੀ ਵਧੀਆ ਲੱਗਦੀ ਜਦੋਂ ਡਾਂਸ ਕਰਦੀ ਹੈ, ਅਤੇ ਸ਼ਰਾਰਤੀ ਵੀ ਬਹੁਤ ਹੈ, ਅਸੀਂ ਦੋਨੇ ਵਾਹਵਾ ਵੀ ਸ਼ਰਾਰਤ ਕਰਦੇ ਹਾਂ। ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਨਾ ਕਿ ਸਾਡੀ ਕੁੜੀ ਫਾਈਨਲ ਜਿੱਤ ਗਿਆ ਹੋਵੇ। ਹੈਲੋ ਦੋਸਤੋ, ਮਾਈ ਨੇਮ ਇਸ ਮੇਨਕਾ, ਦੀਕਸ਼ਾ ਮੇਰੀ ਬਹੁਤ ਵਧੀਆ ਫਰੈਂਡ ਆ, ਅਤੇ ਅਸੀਂ ਸ਼ਾਮ ਨੂੰ ਗੇਮ ਵਗੈਰਾ ਖੇਡਦੇ ਹਾਂ, ਅਤੇ ਅਸੀਂ ਦੋਨੇ ਗਲੀ 'ਚ ਬਹੁਤ ਜ਼ਿਆਦਾ ਪਕਾਈਆਂ ਮਾਰਦੇ ਹਾਂ, ਅਤੇ ਬਾਅਦ 'ਚ ਅਸੀਂ ਜਦੋਂ ਫ੍ਰੀ ਟਾਈਮ ਮਿਲਦਾ ਅਸੀਂ ਸਿੰਗਿੰਗ ਵਗੈਰਾ ਕਰਦੇ ਹਾਂ, ਬੈਡਮਿੰਟਨ ਵਗੈਰਾ ਖੇਡਦੇ ਹਾਂ। ਐਂਡ ਉਹ ਮੇਰੀ ਬਹੁਤ ਵਧੀਆ ਫਰੈਂਡ, ਮੈਂ ਰੱਬ ਤੋਂ ਇਹੀ ਦੁਆ ਕਰਦੀ ਹਾਂ ਅਤੇ ਉਹ ਜਿਹੜਾ ਲਾਸਟ 'ਚ ਰਾਊਂਡ ਰਹਿ ਗਿਆ ਉਹ ਜਿੱਤ ਕੇ ਆਵੇ। ਐਕਚੁਲੀ ਸ਼ੋਅ ਵਿੱਚ ਮੈਨੂੰ ਇਸ ਤਰ੍ਹਾਂ ਪਤਾ ਲੱਗਿਆ ਕਿ ਅੱਜ ਦੀ ਟੀਮ ਸਾਡੇ ਸਕੂਲ ਵਿੱਚ ਆਈ ਸੀ ਅਤੇ ਉਹਨਾਂ ਨੇ ਮੈਨੂੰ ਸਾਨੂੰ ਬਹੁਤ ਕੁਝ ਦੱਸਿਆ ਵੀ ਤੁਸੀਂ ਇਹ ਚੀਜ਼ਾਂ ਵਿੱਚ ਪਾਰਟੀਸਪੇਟ ਕਰੋ, ਅਤੇ ਮੈਂ ਡਾਂਸ ਵਿੱਚ ਪਾਰਟੀਸਪੇਟ ਕੀਤਾ। ਫਸਟ ਅਤੇ ਸੈਕਿੰਡ ਰਾਊਂਡ ਮੇਰਾ ਕੋਟਕਪੂਰੇ ਹੋਇਆ ਅਤੇ ਥਰਡ ਅਤੇ ਫੋਰਥ ਰਾਊਂਡ ਮੇਰਾ ਫਰੀਦਕੋਟ ਹੋਇਆ। ਹੁਣ ਮੈਂ ਫਾਈਨਲ ਦੇ ਵਿੱਚ ਪਹੁੰਚ ਗਈ ਹਾਂ, ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੈਂ ਫਾਈਨਲ ਜਿੱਤ ਕੇ ਆਵਾਂ, ਆਪਣੇ ਪੇਰੈਂਟਸ ਦਾ, ਆਪਣੀ ਪੂਰੀ ਫੈਮਿਲੀ ਦਾ ਅਤੇ ਆਪਣੇ ਸਕੂਲ ਅਤੇ ਆਪਣੀ ਸਿਟੀ ਦਾ ਨਾਮ ਰੋਸ਼ਨ ਕਰਾਂ। ਧੰਨਵਾਦ ਕਰਦੇ ਹਾਂ ਪੂਰੀ KKSD ਟੀਮ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਟੈਲੈਂਟ ਦਿਖਾਉਣ ਲਈ ਇੱਕ ਮੌਕਾ ਦਿੱਤਾ।